ਇੱਕ ਨੂੰ ਹੀ ਚੱਲਦਾ ਰਹਿਣਾ ਯੋਗ ਇਸ ਕਾਲਜ ਦੇ ਸਮੂਹ ਪ੍ਰਬੰਧਕ ਜਨ, ਲੈਕਚਰਰ ਸਾਹਿਬਾਨ ਅਤੇ ਸਮੂਹ ਛੋਟੀਓ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅੱਜ ਦੇ ਇਸ ਇਨਾਮ ਵੰਡ ਸਮਾਗਮ ਦੇ ਵਿੱਚ ਮੈਨੂੰ ਵੀ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਆਪਣੇ ਇਹਨਾਂ ਪ੍ਰਬੰਧਕ ਜਨਾਂ ਦਾ ਪਹਿਲਾਂ ਹੀ ਧੰਨਵਾਦ ਕਰਦਾ ਕਿ ਮੈਨੂੰ ਆਪਣੇ ਇਸ ਇਲਾਕੇ ਦੇ ਵਿੱਚ ਆ ਕੇ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਔਰ ਮਾਣ ਵੀ ਮਹਿਸੂਸ ਹੁੰਦਾ ਕਿ ਇਹ ਜਿਹੜਾ ਹਲਕਾ, ਖਾਸ ਕਰਕੇ ਲੜਕੀਆਂ ਦੀ ਵਿੱਦਿਆ ਦੇ ਪੱਖੋਂ ਮੈਨੂੰ ਬਹੁਤ ਇੱਕ ਪਛੜਿਆ ਜਿਹਾ ਰੂਪ ਸੀਗਾ ਕਿ ਇੱਥੇ ਕੋਈ ਇਸ ਤਰ੍ਹਾਂ ਦਾ ਕਾਲਜ, ਇਸ ਤਰ੍ਹਾਂ ਦੀ ਸੰਸਥਾ ਨਹੀਂ ਹੈ ਜਿੱਥੇ ਕੇਵਲ ਲੜਕੀਆਂ ਵਿੱਦਿਆ ਪ੍ਰਾਪਤ ਕਰ ਸਕਣ। ਇਹਨਾਂ ਉੱਦਮੀ ਸ਼ਖਸੀਅਤਾਂ ਨੇ ਉੱਦਮ ਕੀਤਾ ਔਰ ਇਹ ਬਹੁਤ ਸ਼ਾਨਦਾਰ ਸੰਸਥਾ ਸਥਾਪਿਤ ਹੋਈ ਹੈ ਕੀਤਾ ਅਤੇ ਭਾਈ ਗੁਰਦਾਸ ਜੀ ਕਹਿੰਦੇ, ਕਿਸੇ ਸ਼ਿਸ਼ ਨੂੰ ਸ਼ਬਦ ਦੀ ਸਿੱਖਿਆ ਦੇ ਦੇਣੀ ਸੋਨੇ ਦੇ ਮੰਦਰ ਬਣਾਉਣ ਤੋਂ ਵੱਧ ਕੇ ਪੁੰਨ ਗਿਣਿਆ ਜਾਂਦਾ ਹੈ। ਔਰ ਮੈਂ ਅੱਜ ਜਿਸ ਵਿਸ਼ੇ 'ਤੇ, ਕਿਉਂਕਿ ਸਮੇਂ ਦੀ ਸੀਮਾ ਹੁੰਦੀ ਹੈ, ਬੱਚੀਆਂ ਨੇ ਬਹੁਤ ਸੋਹਣੀਆਂ ਆਪਣੀਆਂ ਭਾਵਨਾਵਾਂ ਨਾਟਕ ਦੇ ਦੁਆਰਾ ਪੇਸ਼ ਕੀਤੀਆਂ, ਸਧਾਰਨ ਸ਼ਬਦਾਂ ਦੀ ਪਕੜ ਨਹੀਂ ਆਉਂਦੀ। ਬੇਟੇ, ਜਿਹੜੀ ਪੰਜਾਬ ਦੀ ਧਰਤੀ ਹੈ, ਇੱਥੇ ਜ਼ਿਆਦਾ ਚਿਰ ਜਿਹੜੇ ਧਾੜਵੀ ਰਹੇ ਅਤੇ ਧਾੜਵੀਆਂ ਦੇ ਕਾਰਨ ਇੱਥੇ ਜਿਹੜੀਆਂ ਕੋਮਲ ਕਲਾਵਾਂ ਵੀ ਵਿਕਸਿਤ ਨਹੀਂ ਹੋ ਸਕੀਆਂ, ਬਹੁਤ ਸਲੋਅ ਹੋਈਆਂ ਨੇ। ਭਾਵੇਂ ਗੁਰੂ ਸਾਹਿਬਾਂ ਨੇ ਇੱਥੇ ਬੜੀ ਵੱਡੀ ਬਖਸ਼ਿਸ਼ ਕੀਤੀ, ਇਹ ਕੋਮਲ ਕਲਾਵਾਂ ਰਾਗ ਦੇ ਰੂਪ ਵਿੱਚ, ਕੀਰਤਨ ਦੇ ਰੂਪ ਵਿੱਚ, ਭਵਨ ਨਿਰਮਾਣ ਕਲਾ ਦੇ ਰੂਪ ਵਿੱਚ, ਸ਼ਬਦ ਦੇ ਰੂਪ ਵਿੱਚ, ਧੁਨੀਆਂ ਦੇ ਰੂਪ ਵਿੱਚ ਬਹੁਤ ਕੁਝ ਸਾਨੂੰ ਪਰੋਸ ਕੇ ਦਿੱਤਾ। ਪਰ ਸਮਾਜ ਦੀ ਜਿਹੜੀ ਮਾਨਸਿਕਤਾ ਸੀ ਇਸ ਧਰਤੀ ਦੇ ਲੋਕਾਂ ਦੀ, ਉਹ ਡਾਂਗ ਸੋਟੇ ਨੂੰ ਜਾਂ ਲੜਨ ਨੂੰ ਜਾਂ ਮੋਟੀਆਂ ਛੋਟੀਆਂ ਕਲਾਵਾਂ ਤੱਕ ਸੀਮਿਤ ਹੋ ਕੇ ਰਹੀ। ਮੈਂ ਜਿਸ ਵਿਸ਼ੇ 'ਤੇ ਗੱਲ ਕਰਾਂਗਾ 25-30 ਮਿੰਟ ਦੇ ਵਿੱਚ, ਪੰਜਾਬੀ ਵਿੱਚ ਇੱਕ ਅਸੀਂ ਸ਼ਬਦ ਕਹਿੰਦੇ, ਇਹ ਗੱਲ 16 ਆਨੇ ਖਰੀ ਹੈ, ਕਿਉਂਕਿ ਰੁਪਈਏ 'ਚ ਹੁੰਦੇ 16 ਆਨੇ ਨੇ। ਭਾਰਤੀ ਸੱਭਿਆਚਾਰ ਦੇ ਵਿੱਚ ਸਭ ਤੋਂ ਸੰਪੂਰਨ ਮਨੁੱਖ ਉਹਨੂੰ ਮੰਨਿਆ ਜਿਹੜਾ 16 ਕਲਾ ਸੰਪੂਰਨ ਹੋਵੇ, ਅਤੇ 16 ਕਲਾਵਾਂ ਜਿਹੜੀਆਂ ਸਾਡੇ ਸ਼ਾਸਤਰਕਾਰਾਂ ਨੇ ਗਿਣੀਆਂ, ਉਹਦੇ ਵਿੱਚ ਗਿਆਨ ਵੀ ਇੱਕ ਕਲਾ, ਧਿਆਨ ਵੀ ਇੱਕ ਕਲਾ, ਹੱਠ ਵੀ ਕਲਾ, ਨਿਯਮ ਵੀ ਕਲਾ, ਜਾਤ ਅਤੇ ਸੱਤ ਵੀ ਕਲਾ, ਧਰਮ ਵੀ ਕਲਾ, ਅਧਿਆਤਮ ਵੀ ਕਲਾ, ਅਤੇ ਉਹਦੇ ਵਿੱਚ ਵਿੱਦਿਆ ਵੀ ਇੱਕ ਕਲਾ। 16 ਕਲਾਵਾਂ ਦੇ ਵਿੱਚ ਵਿੱਦਿਆ ਇੱਕ ਮਹਾਨ ਕਲਾ। ਅੱਗੇ ਵਿੱਦਿਆ ਦੇ ਫਿਰ ਵਿਭਾਗ ਚਲੇ ਜਾਂਦੇ ਨੇ, ਕੋਈ ਸ਼ਸਤਰ ਵਿੱਦਿਆ ਹੈ, ਅਸਤਰ ਵਿੱਦਿਆ ਹੈ, ਧਰਤੀ ਵਿਗਿਆਨ ਹੈ, ਜੀਵ ਵਿਗਿਆਨ ਹੈ, ਹੋਰ ਅਨੇਕ ਤਰ੍ਹਾਂ ਦਾ ਵੈਦਿਕ ਵਿਗਿਆਨ ਹੈ, ਕੋਈ ਚਿੱਤਰਕਲਾ ਹੈ, ਚਿੱਤਰਕਲਾ ਵਿੱਚ ਫਿਰ ਅਨੇਕ ਤਰ੍ਹਾਂ ਦੇ ਵਿਭਾਗ ਨੇ। ਇਸੇ ਲਈ ਅਸੀਂ ਗਿਆਨ ਨੂੰ ਸਮੁੰਦਰ ਦੇ ਨਾਲ ਤੁਲਨਾ ਦਿੰਦੇ ਹਾਂ ਕਿ ਗਿਆਨ ਸਾਗਰ ਦੀ ਤਰ੍ਹਾਂ। ਗੁਰੂ ਸਾਹਿਬ ਕਹਿੰਦੇ, ਤੂੰ ਦਰਿਆਓ ਦਾਨਾ ਪੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਐ ਪ੍ਰਭੂ, ਤੂੰ ਤਾਂ ਸਾਗਰ ਦੀ ਤਰ੍ਹਾਂ, ਸਾਗਰ ਦਾ ਭੇਦ ਮੱਛੀ ਨਹੀਂ ਪਾ ਸਕਦੀ, ਪਰ ਮੱਛੀ ਕੁਝ ਦੂਰੀ ਤੱਕ ਜਾਣਕਾਰੀ ਜ਼ਰੂਰ ਰੱਖਦੀ ਹੈ। ਜਿਸ ਤਰ੍ਹਾਂ ਬੱਚੀਆਂ ਨੇ ਕਵਿਤਾ ਪੇਸ਼ ਕੀਤੀ ਹੈ, ਭਾਵਨਾਵਾਂ ਪੇਸ਼ ਕੀਤੀਆਂ ਨੇ, ਇਹ ਸਹਿਜ ਰੂਪ ਵਿੱਚ ਕਲਾਵਾਂ ਨੇ। ਸਭ ਤੋਂ ਪਹਿਲਾਂ ਹੈ ਗਿਆਨ ਕਲਾ। ਬੇਟੇ, ਜ਼ਿੰਦਗੀ ਦੇ ਵਿੱਚ ਮੈਂ ਅਕਸਰ ਕਹਿੰਦਾ ਹੁੰਦਾ, ਸਾਡਾ ਵੀ ਖਾਲਸਾ ਕਾਲਜ ਹੈ ਔਰ ਸਾਡੇ 19 ਅਦਾਰੇ ਨੇ ਖਾਲਸਾ ਕਾਲਜ ਦੇ, ਔਰ ਮੈਂ ਹਰ ਅਦਾਰੇ ਵਿੱਚ ਹੀ ਧਾਰਮਿਕ ਦਾ ਪੀਰੀਅਡ ਲੈਣ ਵਾਸਤੇ ਜਾਂਦਾ, ਚਾਹੇ ਉਹ ਫਿਜ਼ੀਓਥਰੈਪੀ ਹੈ, ਚਾਹੇ ਉਹ ਫਾਰਮੈਸੀ ਹੈ, ਇੰਜੀਨੀਅਰਿੰਗ ਕਾਲਜ ਹੈ, ਨਰਸਿੰਗ ਕਾਲਜ ਹੈ, ਔਰ ਮੈਂ ਬੱਚਿਆਂ ਦੇ ਨਾਲ ਸਵਾਲ ਜਵਾਬ ਲਹਿਜ਼ੇ ਦੇ ਵਿੱਚ ਵੀ ਗੱਲ ਕਰਦਾ। ਮੈਂ ਕਹਿੰਦਾ ਹੁੰਦਾ ਕਿ ਅਸੀਂ ਬਚਪਨ ਤੋਂ ਇੱਕ ਸ਼ਬਦ ਬੋਲਦੇ ਹਾਂ, ਹਫ਼ਤਾ। ਇਹ ਸਾਨੂੰ ਸਾਰਿਆਂ ਨੂੰ ਪਤਾ, 7 ਦਿਨਾਂ ਨੂੰ ਕਹਿੰਦੇ ਨੇ।
ਪਰ ਮੈਨੂੰ ਇਹ 45 ਸਾਲ ਦੀ ਉਮਰ 'ਚ ਜਾ ਕੇ ਪਤਾ ਲੱਗਾ ਵੀ ਹਫ਼ਤੇ ਨੂੰ 7 ਦਿਨ ਕਿਉਂ ਕਹਿੰਦੇ ਹੋ। ਸਹਿਜ ਰੂਪ ਵਿੱਚ ਤਾਂ ਤੁਹਾਨੂੰ ਬਚਪਨ ਤੋਂ ਪਤਾ, ਪਰ ਅਸੀਂ ਹਫ਼ਤੇ ਨੂੰ ਹਫ਼ਤਾ ਕਿਉਂ ਕਹਿੰਦੇ, ਇਹਦਾ ਮਤਲਬ 7 ਦਿਨ ਕਿਉਂ ਹੋਇਆ? ਜਿਵੇਂ ਅਸੀਂ ਪੰਜਾਬੀ ਲੋਕ ਅੰਕੜਾ ਗਿਆਨ ਕਰਦੇ ਹਾਂ 1 2 3 4 5 6 7, ਇੰਗਲਿਸ਼ ਵਿੱਚ 1 2 3 4 5 6 7, ਹਿੰਦੀ ਵਾਲੇ 1 2 3 4 5 6 7, ਜਿਹੜੀ ਪਰਸ਼ੀਅਨ ਭਾਸ਼ਾ ਹੈ, ਫਾਰਸੀ ਭਾਸ਼ਾ ਹੈ, ਉਹਦੀ ਜਿਹੜੀ ਅੰਕ ਗਣਿਤ ਹੈ ਉਹਦੇ ਵਿੱਚ ਹਫ਼ਤੇ ਦਾ ਮਤਲਬ 7 ਹੈ। ਪਹਿਲੇ ਨੂੰ ਅਵਲ, ਦੋਮ, ਸੋਮ, ਚਹਾਰ, ਪੰਚਮ, ਸ਼ਿਸ਼ਮ, ਹਫ਼ਤ, ਹਫ਼ਤ, ਹਫ਼ਤਾ, ਹਫ਼ਤਮ, ਹਫ਼ਤਮ 7ਵਾਂ ਹੋ ਗਿਆ, ਹਫ਼ਤ 7 ਹੋ ਗਿਆ। ਇਹ ਫਿਰ ਪਤਾ ਲੱਗਾ ਫੱਫੇ ਪੈਰ ਬਿੰਦੀ ਕਿਉਂ ਪਾਉਂਦੇ ਹੋ, ਕਿਉਂਕਿ ਉਹਨਾਂ ਦੀ ਜਿਹੜੀ ਲਿਪੀ ਹੈ, ਜਿਵੇਂ ਸਾਡੀ ਗੁਰਮੁਖੀ ਲਿਪੀ ਹੈ ਪੰਜਾਬੀ ਦੀ, ਅਤੇ ਉਹਨਾਂ ਕੋਲ ਵੀ ਉਹ ਸ਼ਬਦਾਵਲੀ ਹੈ ਜਿਹਦੇ ਵਿੱਚ ਉਹ ਫੇ ਅਤੇ ਜਿਹਦੇ ਉਹਦੀ ਬਿੰਦੀ ਪਾ ਕੇ ਪੈਰ 'ਚ, ਅਤੇ ਫਿਰ ਅਸੀਂ ਉਸ ਸ਼ੁੱਧ ਭਾਸ਼ਾ ਨੂੰ ਲਿਖਦੇ ਹਾਂ, ਖਾਸ ਕਰਕੇ ਜਿਹੜੀ ਸਾਡੀ ਪੰਜਾਬੀ ਭਾਸ਼ਾ, ਜਿਹੜੇ ਸ਼ਾ, ਖਾ, ਗਾ, ਜ਼ਾ, ਫਾ, ਇਹ ਸਾਡੇ ਆਮ ਤੌਰ 'ਤੇ ਬੱਚਿਆਂ ਦੇ ਗਲਤ ਹੀ ਸ਼ਬਦ ਰਹਿੰਦੇ ਨੇ, ਉਹ ਜੱਜੇ ਪੈਰ ਬਿੰਦੀ ਵੀ ਜਾ ਬੋਲੀ ਬੋਲਦੇ ਨੇ। ਸ਼ਾਇਦ ਜਿਹੜੀਆਂ ਧੁਨਾਂ ਨੇ ਪਰਸ਼ੀਅਨ ਦੀਆਂ ਜਾਂ ਉਰਦੂ ਦੀਆਂ, ਜ਼ਾ, ਅਜ਼ੀਮ, ਜ਼ਾ, ਅਤੇ ਉਹ ਜਿਹੜਾ ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜੇ ਤੁਸੀਂ ਪੰਜਾਬੀ 'ਚ ਜ਼ਫ਼ਰ ਬੋਲੋਗੇ ਤਾਂ ਮਤਲਬ ਦੁੱਖ ਹੋ ਜਾਂਦਾ, ਜ਼ਫ਼ਰ ਜਾਲਣੇ, ਦੁੱਖ ਸਹਿਣੇ। ਗਿਆਨ ਸਹਿਜ ਰੂਪ ਵਿੱਚ ਮਨੁੱਖ ਸਾਰੀ ਉਮਰ ਹੀ ਪ੍ਰਾਪਤ ਕਰਦਾ ਰਹਿੰਦਾ, ਇਹਦੀ ਕੋਈ ਸੀਮਾ ਨਹੀਂ ਕਿ ਕੋਈ ਕਹੇ ਕਿ ਹੁਣ ਮੈਨੂੰ ਬਹੁਤ ਗਿਆਨ ਪ੍ਰਾਪਤ ਹੋ ਗਿਆ। ਗਿਆਨ ਦੇ ਨਾਲ ਹੈ ਧਿਆਨ ਵੀ ਇੱਕ ਕਲਾ। ਧਿਆਨ ਅਸੀਂ ਅਰਦਾਸ ਵਿੱਚ ਬੋਲਦੇ ਹਾਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਫਿਲਾਸਫਰ ਕਹਿੰਦੇ ਨੇ ਕਿ ਮਨੁੱਖ ਦਾ ਗਿਆਨ ਓਨਾ ਹੀ ਹੁੰਦਾ ਜਿੱਥੋਂ ਤੱਕ ਉਹਦਾ ਧਿਆਨ ਹੁੰਦਾ। ਅਗਰ ਉਹਦੇ ਧਿਆਨ ਦੀ ਸੀਮਾ ਬਹੁਤ ਛੋਟੀ ਹੈ, ਉਹਦੇ ਗਿਆਨ ਦੀ ਸੀਮਾ ਵੀ ਛੋਟੀ ਹੋਏਗੀ। ਜਦੋਂ ਤੁਹਾਡਾ ਧਿਆਨ ਬਹੁਤ ਵਿਸ਼ਾਲ ਹੋਏਗਾ, ਤੁਹਾਡਾ ਗਿਆਨ ਵੀ ਬਹੁਤ ਵਿਸ਼ਾਲ ਹੋਏਗਾ। ਇਸੇ ਲਈ ਜਿਹੜੀ ਵਿੱਦਿਆ, ਇਹਨੂੰ ਕਹਿੰਦੇ ਕਿ ਸਾਰੀ ਉਮਰ, ਜਦੋਂ ਚਾਣਕੀਆ ਪੰਡਿਤ ਨੇ ਚਾਣਕੀਆ ਸ਼ਾਸਤਰ ਲਿਖਿਆ ਨਾ, ਅਤੇ ਉਹ ਕਹਿੰਦਾ ਤਬ ਤੱਕ ਵਿੱਦਿਆ ਕੋ ਪੜੋ ਜਬ ਤੱਕ ਘੱਟ ਮੈਂ ਪ੍ਰਾਣ। ਹੁਣ ਘੱਟ ਦਾ ਅਰਥ ਘੜਾ ਵੀ ਹੈ, ਘੱਟ ਦਾ ਅਰਥ ਥੋੜ੍ਹਾ ਵੀ ਹੈ, ਘੱਟ ਦਾ ਅਰਥ ਸਰੀਰ ਵੀ ਹੈ, ਇਹਨੂੰ ਅਸੀਂ ਕਹਿੰਦੇ ਸਮਰਥ। ਕਹਿੰਦੇ ਜਦ ਤੱਕ ਸਰੀਰ ਵਿੱਚ ਪ੍ਰਾਣ ਚੱਲਦੇ ਨੇ ਤਦ ਤੱਕ ਵਿੱਦਿਆ ਪੜ੍ਹਦੇ ਰਹੋ। ਤਬ ਤੱਕ ਵਿੱਦਿਆ ਕੋ ਪੜੋ ਜਬ ਤੱਕ ਘੱਟ ਮੈਂ ਪ੍ਰਾਣ, ਜਹਾਂ ਧਨੀ ਪਹੁੰਚੇ ਨਹੀਂ ਤਹਿ ਪਹੁੰਚੇ ਵਿੱਦਿਆਵਾਨ। ਜਿੱਥੇ ਧਨਵਾਨ ਨਹੀਂ ਪਹੁੰਚ ਸਕਦਾ ਉੱਥੇ ਵਿੱਦਿਆਵਾਨ ਦੀ ਪਹੁੰਚ ਹੁੰਦੀ ਹੈ ਕਿ ਉਹਦੇ ਬਾਰੇ ਉਹ ਜਾਣਕਾਰੀ ਪ੍ਰਾਪਤ ਰੱਖਦਾ। ਅਤੇ ਧਿਆਨ ਜਿੰਨਾ ਵਿਸ਼ਾਲ ਹੋਏਗਾ, ਜਿੱਥੋਂ ਤੱਕ ਸਾਡੀ ਸਾਰੀ ਉਮਰ ਅਸੀਂ ਕੋਈ ਨਿਸ਼ਾਨਾ ਲੈ ਕੇ ਚੱਲਾਂਗੇ, ਅਤੇ ਉਹ ਸਾਡੇ ਧਿਆਨ ਦੇ ਨਾਲ ਸਾਡਾ ਗਿਆਨ ਵੀ ਨਾਲ ਨਾਲ ਤੁਰਿਆ ਆਏਗਾ। ਅਗਰ ਸਾਡਾ ਧਿਆਨ ਛੋਟਾ ਹੋਏਗਾ, ਅਸੀਂ ਕਹਿੰਦੇ ਨਾ ਖੂਹ ਦਾ ਡੱਡੂ ਹੈ, ਅਤੇ ਖੂਹ ਦੇ ਡੱਡੂ ਦੀ ਇੱਕ ਸੀਮਾ, ਪਰ ਜੇ ਸਮੁੰਦਰ ਦਾ ਡੱਡੂ ਹੋਵੇ ਤਾਂ ਮੇਰਾ ਖਿਆਲ ਉਹ ਜ਼ਿਆਦਾ ਤੁਰਾਈ ਤੱਕ ਆਪਣੇ ਗਿਆਨ ਨੂੰ ਵਿਸ਼ਾਲ ਕਰ ਸਕਦਾ। ਹੱਠ ਵੀ ਇੱਕ ਕਲਾ ਜਿਹੜਾ ਬੇਟੇ ਤੁਸੀਂ ਪੜ੍ਹਦੇ ਹੋ। ਹੱਠ ਤੋਂ ਬਿਨਾਂ ਜ਼ਿੰਦਗੀ 'ਚ ਕੋਈ ਪ੍ਰਾਪਤੀ ਨਹੀਂ ਹੁੰਦੀ। ਜ਼ਿਮੀਂਦਾਰ ਖੇਤਾਂ 'ਚ ਕੰਮ ਕਰਦਾ, ਉਹਦਾ ਇੱਕ ਹੱਠ ਹੈ ਕਿ ਮੈਂ ਇਸ ਮਿੱਟੀ 'ਚੋਂ ਕੁਝ ਪੈਦਾ ਕਰ ਸਕਦਾ। ਨੌਕਰੀ ਵਾਲਾ ਹੱਠ ਕਰਕੇ ਉੱਠਦਾ, ਭੱਜਦਾ, ਤੁਰਦਾ, ਵਪਾਰੀ ਹੱਠ ਕਰਕੇ ਕੰਮ ਕਰਦਾ, ਵਿਦਿਆਰਥੀ ਹੱਠ ਤੋਂ ਬਿਨਾਂ ਪ੍ਰਾਪਤੀ ਕਰ ਹੀ ਨਹੀਂ ਸਕਦਾ। ਇਸੇ ਲਈ ਕਹਿੰਦੇ ਜਿੰਨਾ ਹੱਠੀਆਂ ਜਪੀਆਂ ਤਪੀਆਂ ਦਾ ਧਿਆਨ ਧਰ ਕੇ, ਇਸ ਲਈ ਵਾਹਿਗੁਰੂ ਬੋਲਦੇ ਹਾਂ ਕਿ ਉਹਨਾਂ ਨੇ ਆਪਣਾ ਜੋ ਇਰਾਦਾ ਕੀਤਾ ਉਹਦੇ 'ਤੇ ਹੱਠ ਕਰਕੇ ਪਹਿਰਾ ਦਿੱਤਾ। ਜਦ ਮਨੁੱਖ ਦਾ ਹੱਠ ਹੀ ਨਾ ਹੋਵੇ ਉਹ ਪ੍ਰਾਪਤ ਵੀ ਕੁਛ ਨਹੀਂ ਕਰ ਸਕਦਾ। ਇੱਕ ਪੁਰਾਤਨ ਕਹਾਣੀ ਆਉਂਦੀ ਹੈ, ਖਜੂਰਾਂ ਪੱਕੀਆਂ ਵੇਖ ਕੇ ਨਾ ਜੱਟ ਹੌਲੀ ਹੌਲੀ ਖਜੂਰ 'ਤੇ ਚੜ੍ਹ ਗਿਆ।
50 ਫੁੱਟ ਦੀ ਖਜੂਰ ਸੀ ਜਦੋਂ ਸਿਰੇ 'ਤੇ ਚਲਾ ਗਿਆ ਫਿਰ ਡਰ ਲੱਗਣ ਲੱਗ ਪਿਆ ਵੀ ਪੰਗਾ 'ਤੇ ਲੈ ਬੈਠੇ ਹਾਂ ਜੇ ਖਜੂਰ ਤੋਂ ਡਿੱਗ ਪਏ ਨੁਕਸਾਨ ਹੋ ਜਾਣਾ ਉੱਤੇ ਬੈਠੇ ਨੇ ਸੁਖਣਾ ਸੁੱਖ ਲਈ ਹੱਥ ਨਾਲ ਚਲਾ ਦੇ ਗਿਆ ਸੁਖਣਾ ਸੁੱਖ ਲਈ ਬਾਬਾ ਸਵਾ ਮਣ ਕਣਕ ਚੜ੍ਹਾਉਂ ਜੇ ਮੈਂ ਸੁੱਖੀ ਸਾਂਦੀ ਥੱਲੇ ਉਤਰਿਆ ਵਾਂ ਹੌਲੀ ਹੌਲੀ ਉੱਤੋਂ ਖਿਸਕਦਾ ਆਇਆ ਅੱਧਕ ਤੱਕ ਆਇਆ ਕਹਿੰਦਾ ਯਾਰ ਸਵਾ ਮਣ ਕਣਕ 'ਤੇ ਐਵੇਂ ਸੁੱਖ ਲਈ 10-15 ਕਿਲੋ ਨਾਲ ਵੀ ਕੰਮ 'ਤੇ ਚੱਲ ਸਕਦਾ ਸੀ ਜਦੋਂ ਅੱਧ ਤੋਂ ਹੋਰ ਤੀਜਾ ਕੇਸਾ ਠਾਂ ਨੂੰ ਆ ਗਿਆ ਕਹਿੰਦਾ ਚੱਲ ਆਪਾਂ ਕਿਹੜਾ ਲਿਖ ਲਿਖਾ ਕੀਤਾ 1.25 ਕਿਲੋ ਥਾਲ 'ਚ ਪਾ ਕੇ ਚੜ੍ਹਾਵਾਂਗੇ ਅਤੇ ਜਦੋਂ ਪੈਰ ਲੱਗ ਗਏ ਨਾ ਧਰਤੀ 'ਤੇ ਮੁੱਛਾਂ ਨੂੰ ਤਾ ਦੇ ਕੇ ਕਹਿੰਦਾ 1.25 ਕਿਲੋ ਕਿਹੜਾ ਥੋੜ੍ਹੀ ਹੁੰਦੀ ਆ 3-4 ਮਰਲੇ ਜਗ੍ਹਾ ਬੀਜੀ ਜਾਂਦੀ ਆ ਉਤਰਿਆ ਤਾਂ ਮੈਂ ਆਪਦੇ ਕਰਕੇ ਹੀ ਹਾਂ ਚੱਲ ਕਹਿੰਦਾ ਅਜੇ ਇੱਕ ਸਹੁੰ ਪਾ ਲੈਂਦੇ ਹਾਂ ਆਪੇ ਕਹਿੰਦਾ ਬੰਤਾ ਸਿੰਘ ਸਹੁੰ ਕਿਹੜੀ ਤਾਂ ਉਹਨੂੰ ਮੂੰਹ ਕਰਕੇ ਕਹਿੰਦਾ ਰੱਬਾ ਸ਼ਕਤੀ ਬਖਸ਼ੀ ਅੱਜ ਤੋਂ ਬਾਅਦ ਨਾ ਆਪਾਂ ਖਜੂਰ 'ਤੇ ਚੜ੍ਹਨਾ ਨਾ ਹੀ ਕੋਈ ਸੁੱਖਣਾ ਸੁੱਖਣੀ ਆ ਇਹ ਜਿਹੜਾ ਸੁਭਾਅ ਹੁੰਦਾ ਮਨੁੱਖ ਦਾ ਉਹ ਕਦੀ ਸਹਿਜ ਰੂਪ 'ਚ ਕਿੱਧਰ ਨੂੰ ਜਾਂਦਾ ਕਦੀ ਸਹਿਜ ਰੂਪ 'ਚ ਕਿੱਧਰ ਨੂੰ ਹੁੰਦਾ ਜਿਹੜਾ ਬੇਟੇ ਨਿਯਮ ਹੈ ਇਹ ਵੀ ਇੱਕ ਕਲਾ ਸੰਸਾਰ ਦੇ ਵਿੱਚ ਜਿਸ ਮਨੁੱਖ ਦਾ ਕੋਈ ਨਿਯਮ ਨਹੀਂ ਹੈ ਪ੍ਰਾਪਤੀ ਨਹੀਂ ਕਰ ਸਕਦਾ ਸਵੇਰ ਦਾ ਜਾਗਣਾ ਰਾਤ ਦਾ ਸੌਣਾ ਪੜ੍ਹਨਾ ਰੋਟੀ ਪਾਣੀ ਛਕਣ ਦਾ ਇੱਕ ਨਿਯਮ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਕਾਦਰ ਨੂੰ ਚਿਤਰਦੇ ਨੇ ਨਾ ਭੈ ਵਿੱਚ ਪਵਨ ਵਹਿ ਸਦ ਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਬੜਾ ਲੰਬਾ ਇਹ ਸ਼ਬਦ ਆ ਅਸਾ ਦੀ ਵਾਰ ਦੇ ਵਿੱਚ ਉੱਥੇ ਭੈ ਦਾ ਅਰਥ ਨਿਯਮ ਹੈ ਜਿਵੇਂ ਨਿਯਮ ਵਿੱਚ ਹਵਾਵਾਂ ਚੱਲਦੀਆਂ ਨੇ ਸੂਰਜ ਚੰਦਰਮਾ ਆਪਣਾ ਪ੍ਰਕਾਸ਼ ਕਰਦੇ ਨੇ ਜੇ ਅਗਰ ਮਨੁੱਖ ਨਿਯਮ ਦੇ ਵਿੱਚ ਹੋਏਗਾ ਤਾਂ ਨਿਯਮ ਤੋਂ ਬਿਨਾਂ ਕਦੀ ਕੋਈ ਪ੍ਰਾਪਤੀ ਨਹੀਂ ਹੁੰਦੀ ਤੁਸੀਂ ਜਿੰਨੇ ਵੀ ਪ੍ਰਾਪਤੀ ਕਰਨ ਵਾਲੇ ਲੋਕਾਂ ਦੀਆਂ ਜੀਵਨੀਆਂ ਪੜ੍ਹੋਗੇ ਉਹਨਾਂ ਦਾ ਇੱਕ ਜੀਵਨ ਜਾਂਚ ਹੈ ਉਹ ਜਿਹੜੀ ਜਾਂਚ ਹੈ ਉਹ ਉਹਨਾਂ ਦੀ ਪ੍ਰਾਪਤੀ ਹੈ ਅਗਰ ਉਹਨਾਂ ਦਾ ਕੋਈ ਨਿਯਮ ਨਹੀਂ ਹੈ ਤਾਂ ਜੀਵਨ ਕਦੀ ਵਿੱਚ ਪ੍ਰਾਪਤੀ ਨਹੀਂ ਹੋ ਸਕਦੀ ਇਸ ਲਈ 16 ਕਲਾਵਾਂ ਦੇ ਵਿੱਚੋਂ ਨਿਯਮ ਅਤੇ ਹੱਠ ਵੀ ਇੱਕ ਕਲਾ ਅੱਗੇ ਕਹਿੰਦੇ ਸੰਜਮ ਸੰਜਮ ਵੀ ਇੱਕ ਮਨੁੱਖ ਪਾਸ ਕਲਾ ਜੀਵ ਜੰਤੂਆਂ ਵਿੱਚ ਆਪਣੇ ਕਿਸਮ ਦਾ ਸੰਜਮ ਹੋ ਸਕਦਾ ਸੋਚ ਹੈ ਬੁੱਧੀ ਹੈ ਅਕਲ ਹੈ ਉਹਦਾ ਨਾਂ ਰੱਖਿਆ ਮਨੁੱਖ ਪਸ਼ੂ ਕਿਹਨੂੰ ਕਿਹਾ ਜਿਹੜਾ ਮਨ ਤੋਂ ਮਾਇੰਡ ਤੋਂ ਸੋਚ ਤੋਂ ਪਛੜ ਗਿਆ ਉਹਨੂੰ ਕਿਹਾ ਪਸ਼ੂ ਸ਼ਬਦ ਪੜ੍ਹ ਰਿਹਾ ਹੈ ਖਰਗੋਸ਼ ਵੀ ਖਰਗੋਸ਼ ਨੂੰ ਖਰਗੋਸ਼ ਕਿਉਂ ਕਹਿੰਦੇ ਨੇ ਗੋਸ਼ ਦਾ ਅਰਥ ਹੈ ਫਾਰਸੀ ਵਿੱਚ ਕੰਨ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆਉਂਦਾ ਗੋਸ਼ ਕੁੰਨ ਕਰਤਾਰ ਹੇ ਕਰਤਾਰ ਕੰਨ ਲਾ ਕੇ ਸੁਣ ਖਰ ਕਹਿੰਦੇ ਨੇ ਖੋਤੇ ਨੂੰ ਜਿਹਦੇ ਖੋਤੇ ਵਰਗੇ ਗੋਸ਼ ਨੇ ਖਰ ਵਰਗੇ ਕੰਨ ਨੇ ਉਹਦਾ ਨਾਂ ਰੱਖਿਆ ਖਰਗੋਸ਼ ਜਦੋਂ ਤੁਸੀਂ ਖਰਗੋਸ਼ ਨੂੰ ਅਤੇ ਖੋਤੇ ਨੂੰ ਬਰਾਬਰ ਦੇਖੋਗੇ ਤੁਹਾਨੂੰ ਉਹਦੇ ਕੰਨ ਖੋਤੇ ਵਰਗੇ ਲੱਗਣਗੇ ਜਿੰਨਾ ਸਾਡੇ ਵੱਡਿਆਂ ਵਡੇਰਿਆਂ ਨੇ ਜੀਵ ਜੰਤੂਆਂ ਦੇ ਨਾਂ ਰੱਖੇ ਨੇ ਉਹਦੇ ਪਿੱਛੇ ਇੱਕ ਫਲਸਫਾ ਕੰਮ ਕਰਦਾ ਜਿਵੇਂ ਕਹਿੰਦੇ ਅਜਗਰ ਵੱਡੇ ਸੱਪ ਨੂੰ ਅਜਗਰ ਕਹਿੰਦੇ ਆ ਆ ਜਿਹੜੀ ਬੱਕਰੀਆਂ ਚਾਰਦੇ ਸਨ ਵੱਡਾ ਸੱਪ ਆ ਕੇ ਪੂਰੀ ਦੀ ਪੂਰੀ ਬੱਕਰੀ ਖਾ ਜਾਂਦਾ ਸੀ ਅੱਜ ਕਹਿੰਦੇ ਨੇ ਬੱਕਰੀ ਨੂੰ ਜਿਹੜਾ ਬੱਕਰੀ ਨੂੰ ਗਰ ਕਰ ਜਾਂਦਾ ਨਗਾ ਜਾਂਦਾ ਉਹਦਾ ਨਾਂ ਉਹਨਾਂ ਆਜੜੀਆਂ ਨੇ ਆਪ ਹੀ ਰੱਖ ਲਿਆ ਇਹ ਅਜਗਰ ਹੈ ਜਿਹੜਾ ਪੂਰੀ ਦੀ ਪੂਰੀ ਬੱਕਰੀ ਖਾ ਜਾਂਦਾ ਹਰ ਕਾਰਜ ਦੇ ਪਿੱਛੇ ਮਨੁੱਖ ਮਨ ਹੈ ਜੇ ਉਹਦੇ ਵਿੱਚ ਮਨ ਹੈ ਤਾਂ ਉਹਦੇ ਵਿੱਚ ਜਿਹੜਾ ਸੰਜਮ ਹੋਣਾ ਜ਼ਰੂਰੀ ਹੈ ਜਿਹੜਾ ਸੰਜਮ ਵਾਲਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਗ੍ਰੰਥ ਵਿੱਚ ਇੱਕ ਦੋਹਰਾ ਲਿਖਿਆ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਥੋੜ੍ਹਾ ਖਾਣਾ ਥੋੜ੍ਹਾ ਸੌਣਾ ਆਪਣੇ ਤਨ ਨੂੰ ਆਪ ਪ੍ਰੀਤ ਕਰਨੀ ਅਸੀਂ ਪੰਜਾਬੀ ਲੋਕ ਬੜੇ ਬੇਪਰਵਾਹ ਸਾਨੂੰ ਸਕੂਟਰਾਂ ਮੋਟਰਸਾਈਕਲਾਂ ਦਾ ਫਿਕਰ ਇਹਨਾਂ 'ਚ ਮਾੜਾ ਤੇਲ ਕਰੋੜ ਇਸ ਧਰਤੀ 'ਤੇ ਵਸਦੇ ਹਾਂ ਨਾ ਆਪਣੇ ਤਨ ਵੱਲੋਂ ਬਹੁਤ ਗਿਣਤੀ ਬਹੁਤ ਬੇਪਰਵਾਹ
ਇਹਦੇ ਵਿੱਚ ਸਮੈਕ ਪੈ ਜੇ, ਭੁੱਕੀ ਪੈ ਜੇ, ਕੈਪਸੂਲ ਪੈ ਜੇ, ਦੇਸੀ ਦਾਰੂ ਪੈ ਜੇ, ਵਲੈਤੀ ਪੈ ਜੇ, ਫੀਮ ਪੈ ਜੇ, ਗਲੇ ਸਮੋਸੇ ਪੈ ਜਾਣ, ਬੇਹ ਛੋਲੇ ਪੈ ਜਾਣ, ਧੜਾ ਧੜ ਸਿੱਟੀ ਜਾਂਦੇ ਵੀ ਇਹ ਤਾਂ ਰੱਬ ਦਾ ਇੰਜਣਾ ਖਰਾਬ ਹੁੰਦਾ ਤਾਂ ਹੋ ਲੈਣ ਦੋ। ਇਹ ਜਿਹੜੀ ਮਾਨਸਿਕਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਜਿਹੜਾ ਦਸਮ ਗ੍ਰੰਥ ਵਿੱਚ ਨੇ, ਮੈਂ ਥੋੜ੍ਹੀ ਜਿਹੀ ਸੰਖੇਪ ਗੱਲ ਕਰਾਂਗਾ। ਸਾਡੇ ਬਠਿੰਡਾ ਲੰਘ ਕੇ ਕੁਝ ਲੋਕ ਕਾਲੀਆਂ ਝੰਡੀਆਂ ਚੱਕ ਕੇ ਤੁਰੇ ਫਿਰਦੇ ਨੇ ਜੀ, ਦਸਮ ਗ੍ਰੰਥ ਦਾ ਕਾਲਾ ਦਿਨ ਹੈ। ਮੈਂ ਕਹਿੰਦਾ ਹੁੰਦਾ ਕਿ ਤੁਸੀਂ ਗ੍ਰੰਥ ਪੜ੍ਹ ਲਓ, ਕਾਲਾ ਦਿਨ ਨਾ ਜੇ ਮਨਾਓ। ਗ੍ਰੰਥ ਪੜ੍ਹਨ ਵਾਸਤੇ ਹੁੰਦੇ ਆ, ਗ੍ਰੰਥਾਂ ਵਿੱਚ ਇੱਕ ਫਲਾਸਫੀ ਹੈ, ਚਾਹੇ ਉਹ ਵੇਦ ਨੇ, ਚਾਹੇ ਸਿਮਰਤੀਆਂ ਨੇ, ਚਾਹੇ ਉਹ ਬਾਈਬਲ ਹੈ, ਚਾਹੇ ਕੁਰਾਨ ਹੈ, ਚਾਹੇ ਮਹਾਂਭਾਰਤ ਹੈ, ਚਾਹੇ ਰਮਾਇਣ ਹੈ, ਚਾਹੇ ਦਸਮ ਗ੍ਰੰਥ ਹੈ। ਇਹਦੇ ਵਿੱਚ ਜ਼ਿੰਦਗੀ ਦੇ ਬਹੁਤ ਸਾਰੇ ਤੱਤ ਗਿਆਨ ਨੇ, ਤੱਤ ਗਿਆਨ ਪੜ੍ਹਦਿਆਂ ਪੜ੍ਹਦਿਆਂ ਮਹਿਸੂਸ ਹੁੰਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਚਨ ਕਰਦੇ ਨੇ ਕਿ ਮਨੁੱਖ ਥੋੜ੍ਹਾ ਖਾਵੇ, ਅਲਪਹਾਰ ਸੁਲਪ ਸੀ ਨਿੰਦਰਾ, ਥੋੜ੍ਹੀ ਜਿਹੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਮਨ ਵਿੱਚ ਦਇਆ ਕਰਨੀ, ਖਿਮਾ ਕਰਨੀ ਅਤੇ ਆਪਣੇ ਤਨ ਨੂੰ ਆਪ ਪ੍ਰੀਤ ਕਰਨੀ। ਜਦੋਂ ਸੰਸਾਰ ਦੇ ਲੋਕ, ਖਾਸ ਕਰਕੇ ਮੈਂ, ਸਾਡੀ 10-12 ਹਜ਼ਾਰ ਦੀ ਗਿਣਤੀ ਆ ਸਾਡੇ ਕਾਲਜਾਂ ਦੀ, ਮੈਂ ਬੱਚਿਆਂ ਨੂੰ ਬੜੇ ਪ੍ਰੇਮ ਨਾਲ ਕਹਿੰਦਾ ਹੁੰਦਾ, ਬੇਟੇ 3 ਗੱਲਾਂ ਜ਼ਰੂਰ ਜ਼ਿੰਦਗੀ 'ਚ ਕੰਮ ਦੀਆਂ ਨੇ। ਇੱਕ ਤਾਂ ਖਾਲੀ ਪੇਟ ਸਵੇਰੇ ਪਾਣੀ ਪੀਣਾ, ਇਹ ਸਾਡੀ ਤੰਦਰੁਸਤੀ ਦਾ ਰਾਜ ਹੈ। ਇਹ 50% ਬਿਮਾਰੀਆਂ ਦਾ ਆਪਣੇ ਆਪ ਹੀ ਇਲਾਜ ਹੈ ਜੋ ਕੁਦਰਤ ਨੇ ਪੈਦਾ ਕੀਤਾ। ਇੱਕ ਰਾਤੀ ਭੋਜਨ ਛਕਣ ਤੋਂ ਬਾਅਦ ਜਿਹੜਾ ਦੰਦਾਂ ਨੂੰ ਬ੍ਰਸ਼ ਕਰਨਾ ਜ਼ਰੂਰੀ ਹੈ, ਕਿਉਂਕਿ ਸਾਡੇ ਦੰਦਾਂ ਦੇ ਰੋਗ ਇੰਨੇ ਕੁ ਮਹਿੰਗੇ ਨੇ ਇਲਾਜ ਪੰਜਾਬ ਦੇ ਵਿੱਚ ਕਿ ਸਧਾਰਨ ਆਦਮੀ ਤਾਂ ਫਿਰ ਕੰਨ 'ਤੇ ਹੱਥ ਰੱਖ ਕੇ ਰੋਣ ਜੋਗਾ ਹੀ ਰਹਿ ਜਾਂਦਾ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਬਿੱਲ ਬਣਦੇ ਨੇ। ਅਗਰ ਅਸੀਂ ਅੱਗੋਂ ਦੇ ਜਾ ਚੇਤੀਏ ਤਾਂ ਕਾਇਤ ਮਿਲੇ ਸਜਾਏ, ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੈ। ਜੇ ਅਸੀਂ ਆਪਣੀ ਸੰਭਾਲ ਇਸ ਪੀਰੀਅਡ ਤੋਂ ਕਰੀਏ, ਕਿਉਂਕਿ ਦਿਨੇ ਅਸੀਂ ਕੁਝ ਨਾ ਕੁਝ ਖਾਈ ਪੀ ਜਾਂਦੇ ਹਾਂ ਅਤੇ ਸਾਡਾ ਮੂੰਹ ਖੁੱਲ੍ਹਦਾ ਰਹਿੰਦਾ, ਰਾਤੀ ਜਦੋਂ 8 ਘੰਟੇ ਵਾਸਤੇ ਅਸੀਂ ਮੂੰਹ ਬੰਦ ਕਰਕੇ ਪੈ ਜਾਂਦੇ, ਅਸੀਂ ਮਿੱਠਾ ਬਹੁਤ ਖਾਂਦੇ, ਇਸ ਧਰਤੀ ਦੇ ਲੋਕ ਗੁੜ ਸ਼ੱਕਰ ਜ਼ਰੂਰ ਰਾਤ ਨੂੰ ਖਾਂਦੇ ਹਾਂ, ਉਹ ਜਿਹੜੇ ਬੈਕਟੀਰੀਆ ਨੇ ਉਹ ਰਾਤ ਨੂੰ 8 ਘੰਟਿਆਂ ਵਿੱਚ ਜਿੰਨਾ ਅਟੈਕ ਕਰਦੇ ਨੇ, ਸਭ ਤੋਂ ਵੱਧ ਅਸੀਂ ਦੰਦਾਂ ਦੇ ਰੋਗੀ ਹੋ ਰਹੇ ਹਾਂ। ਅਤੇ ਜੇ 2 ਮਿੰਟ ਰਾਤ ਨੂੰ ਅਸੀਂ ਸਮਾਂ ਕੱਢ ਕੇ ਅਸੀਂ ਆਪਣੇ ਦੰਦਾਂ ਨੂੰ ਸਾਫ਼ ਕਰ ਲਈਏ ਤਾਂ ਸਾਡੀਆਂ 70-80% ਬਿਮਾਰੀਆਂ ਰਾਤ ਦੇ ਬ੍ਰਸ਼ ਕਰਨ ਨਾਲ ਦੰਦਾਂ ਦੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਨੇ। ਮੇਰਾ ਕਹਿਣ ਤੋਂ ਭਾਵ ਹੈ, ਜਿਹੜੀ ਗੁਰੂ ਸਾਹਿਬ ਕਹਿੰਦੇ ਤਨ ਪ੍ਰੀਤ, ਆਪਣੇ ਤਨ ਨੂੰ ਸ਼ਿੰਗਾਰਨਾ, ਸੋਹਣਾ ਰੱਖਣਾ, ਇਹਨੂੰ ਸਾਫ਼ ਸੁਥਰਾ ਰੱਖਣਾ ਅਤੇ ਇਹਨੂੰ ਬਿਮਾਰੀਆਂ ਤੋਂ ਇਹ ਠੀਕ ਹੈ, ਕੁਦਰਤ ਦੇ ਰੰਗਾਂ ਵਿੱਚ ਮਨੁੱਖ ਬਹੁਤ ਵੱਡੀ ਨਹੀਂ ਭਾਗੀ ਹੋ ਸਕਦਾ, ਪਰ ਇਹਨੂੰ ਸੁਰੱਖਿਅਤ ਕਰ ਸਕਦਾ। ਕੋਈ ਗਹਿਰ ਗੰਭੀਰ ਬਿਮਾਰੀ ਤਾਂ ਕੋਈ ਅਚਨਚੇਤ ਹੁੰਦੀ ਹੈ ਬਹੁਤ ਅੱਗੇ। ਦਇਆ ਅਤੇ ਦਾਨ ਵੀ ਇੱਕ ਕਲਾ ਹੈ। ਮਨੁੱਖ ਦਾ ਦਇਆਵਾਨ ਸੁਭਾਅ ਹੋਏਗਾ, ਸੰਸਾਰ ਬਹੁਤ ਚੰਗਾ ਹੋਏਗਾ। ਜਦੋਂ ਇਹ ਜ਼ਾਲਮ ਸੁਭਾਅ ਹੁੰਦਾ, ਇਹਦਾ ਚੰਗੇਜ਼ ਖਾਂ ਵਰਗਾ, ਇਹਦਾ ਬਾਬਰ ਵਰਗਾ, ਇਹਦਾ ਔਰੰਗੇ ਵਰਗਾ, ਧਰਤੀ ਦਾ ਵਿਨਾਸ਼ ਹੋ ਜਾਂਦਾ। ਦਾਨ ਵੀ ਇੱਕ ਕਲਾ ਗਿਣੀ ਆ 16 ਕਲਾਵਾਂ ਦੇ ਵਿੱਚੋਂ। ਇਹ ਸਾਡੇ ਗੁਰਮੁਖ ਪਿਆਰੇ ਵਿਦੇਸ਼ੀ ਮਹਿਮਾਨ ਬੈਠੇ ਨੇ, ਇਹ ਉਸ ਧਰਤੀ 'ਤੇ ਜਾ ਕੇ ਵੀ ਇਹਨਾਂ ਦਾ ਮੋਹ ਇਸ ਧਰਤੀ ਦੇ ਨਾਲ ਹੈ, ਔਰ ਇਹਨਾਂ ਨੇ ਇਹ ਫੁਰਨਾ ਫੁਰਿਆ ਕਿ ਇਸ ਤਰ੍ਹਾਂ ਇੱਕ ਲੜਕੀਆਂ ਦੀ ਸੰਸਥਾ ਹੋਵੇ। ਇਹਨਾਂ ਉੱਦਮ ਕੀਤਾ, ਮੈਨੂੰ ਪਤਾ, ਮੈਂ ਬਹੁਤ ਸਾਲ ਪਹਿਲਾਂ ਵੀ ਆਇਆ ਸਾਂ, ਔਰ ਇਹ ਇੱਕ ਭਾਵਨਾ ਦੇ ਵਿੱਚੋਂ ਪੈਦਾ ਹੋਇਆ। ਇਹ ਅਹਿਸਾਨ ਨਹੀਂ ਆ, ਇਹ ਸੂਖਸ਼ਮ ਭਾਵਨਾ ਹੈਗੀ ਆ ਕਿ ਜੇ ਅਸੀਂ ਥੋੜ੍ਹਾ ਥੋੜ੍ਹਾ ਪੈਸਾ, ਕਿਉਂਕਿ ਸਾਨੂੰ ਗੁਰੂ ਸਾਹਿਬਾਂ ਦੀ ਹਦਾਇਤ ਹੈ ਕਿ ਤੁਸੀਂ ਦਸਵੰਧ 'ਤੇ ਦਿਓ, 10 ਰੁਪਈਏ ਕਮਾਉਂਦੇ ਹੋ, 1 ਰੁਪਈਆ ਸਾਂਝੇ ਥਾਂ 'ਤੇ ਜੇ ਦਾਨ ਦਿਓਗੇ, ਸਮਾਜ ਬਹੁਤ ਚੰਗਾ ਹੋਏਗਾ। ਕਿਉਂਕਿ ਸਮਾਜ ਦਾ ਬੈਲੈਂਸ ਰੱਖਣ ਵਾਸਤੇ ਭਲੇ ਪੁਰਸ਼ਾਂ ਦੇ ਮਨਾਂ ਵਿੱਚ ਦਇਆ ਅਤੇ ਦਾਨ ਦੀ ਭਾਵਨਾ ਪੈਦਾ ਕੀਤੀ, ਔਰ ਦਾਨ ਹਰ ਧਰਮ ਦੇ ਵਿੱਚ ਹੀ ਦਿੱਤਾ ਜਾਂਦਾ ਹੈ। ਮੁਸਲਮਾਨ ਜ਼ਕਾਤ ਦਿੰਦੇ ਨੇ, 40ਵਾਂ ਹਿੱਸਾ, ਸਨਾਤਨ ਮਤ ਵਿੱਚ ਵੀ ਦਾਨ ਦਿੰਦੇ ਨੇ ਮੰਦਰਾਂ ਵਿੱਚ ਜਾ ਕੇ, ਬਾਕੀ ਧਰਮਾਂ ਦੇ ਲੋਕ ਵੀ ਦਾਨ ਦਿੰਦੇ ਨੇ।
ਇਹ ਦਾਨ ਦੇ ਨਾਲ ਸਾਡੀ ਇੱਕ ਸਾਂਝੀਵਾਲਤਾ, ਸਾਡਾ ਮੋਹ, ਸਾਡਾ ਬਹੁਤ ਵੱਡਾ ਆਧਾਰ ਇੱਕ ਪੈਦਾ ਹੁੰਦਾ ਹੈ। ਔਰ ਇਹ ਦਾਨ ਵੀ ਇੱਕ ਕਲਾ ਅਤੇ ਵਿੱਦਿਆ ਵੀ ਇੱਕ ਕਲਾ, ਵਿੱਦਿਆ ਇੱਕ ਕਲਾ। ਵਿੱਦਿਆ ਤੋਂ ਮਨੁੱਖ ਨੂੰ ਚੰਗੇ ਅਤੇ ਮੰਦੇ ਦਾ ਫਰਕ ਪੈਦਾ ਹੁੰਦਾ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ, ਸੱਤੀ ਪਹਿਰੀ ਸੱਤ ਭਲਾ, ਬਈਏ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘੱਟੇ ਰਾਸ। ਪਹਿਰ 3 ਘੰਟੇ ਦਾ ਹੁੰਦਾ। ਕਹਿੰਦੇ ਜਿਹੜੇ ਸੱਤ ਪਹਿਰ ਬਚ ਗਏ ਨਾ ਅੰਮ੍ਰਿਤ ਵੇਲੇ ਤੋਂ, ਉੱਥੇ ਵੀ ਕਿਸੇ ਪੜ੍ਹਿਆ ਪਾਸ ਬੈਠੀਏ ਅਤੇ ਸਾਡੀ ਕੂੜ ਦੀ ਰਾਸ ਘੱਟਦੀ ਹੈ। ਬੇਟੇ, ਖਾਸ ਕਰਕੇ ਬੱਚੀਆਂ ਲਈ ਮੈਂ ਜ਼ਰੂਰ ਕਹਾਂਗਾ ਕਿ ਸਾਡੇ ਹਿੰਦੁਸਤਾਨੀ ਸੱਭਿਆਚਾਰ ਦੇ ਵਿੱਚ ਬਹੁਤ ਸਾਰੇ ਅੰਧ ਵਿਸ਼ਵਾਸ ਨੇ। ਅੱਜ ਮੰਗਲਵਾਰ ਹੈ, ਅੱਜ ਵੀਰਵਾਰ ਹੈ, ਅੱਜ ਸ਼ਨੀਵਾਰ ਹੈ, ਬਿੱਲੀ ਰਾਹ ਕੱਟ ਗਈ, ਕੁੱਤਾ ਕੰਨ ਫਿੱਟ ਗਿਆ, ਨੰਬਰਦਾਰ ਝੋਟਾ ਮੱਥੇ ਲੱਗ ਗਿਆ, ਖਾਲੀ ਟੋਕਰਾ ਮੱਥੇ ਲੱਗ ਗਿਆ, ਟੂਣਾ ਕੀਤਾ, ਜੰਤਰ ਮੰਤਰ ਤੰਤਰ, ਕਬਰ 'ਤੇ ਮੇਲਾ ਲੱਗਾ, ਮੜੀ 'ਤੇ ਮੇਲਾ ਲੱਗਾ, ਰੋਡੇ ਸ਼ਾਹ ਦੇ ਸ਼ਰਾਬ ਚੜ੍ਹਦੀ ਆ, ਸ਼ੇਖ ਫਤਿਹ ਦੇ ਖੀਰ ਚੜ੍ਹਦੀ ਆ, ਵਡਭਾਗ ਸਿੰਘ ਦੇ ਡੇਰੇ ਸਿਰ ਖੋਲ੍ਹ ਕੇ ਲੋਕ ਖੇਡੀ ਜਾਂਦੇ ਨੇ। ਕਾਰਨ ਕੀ ਹੈ? ਇਹ ਵਿੱਦਿਆ ਨੇ ਬੇਟੇ ਗਿਆਨ ਦੇਣਾ, ਸਹਿਜ ਭਾਵੀ ਗਿਆਨ ਹੈ। ਐੱਮ ਏ ਵਾਲੀਆਂ ਬੱਚੀਆਂ ਨੂੰ ਪੁੱਛਿਆ, ਬੇਟੇ ਅੱਜ ਕਰਵੇ ਚੌਥ 'ਤੇ ਤੁਸੀਂ ਮਹਿੰਦੀ ਤਾਂ ਲਾਈ ਹੈ, ਕਰਵੇ ਦਾ ਮਤਲਬ ਕੀ ਹੈ? 100 ਬੱਚੀ ਦੇ ਵਿੱਚੋਂ ਇੱਕ ਕਹਿੰਦੀ, ਸਰ ਮੈਨੂੰ ਇੰਨਾ ਕੁ ਪਤਾ, ਘੜੇ ਨੂੰ ਕਹਿੰਦੇ ਆ। ਮੈਂ ਕਿਹਾ, ਬੇਟੇ ਘੜਾ ਤਾਂ ਨਹੀਂ ਹੁੰਦਾ ਵੈਸੇ, ਚਲੋ ਮਿੱਟੀ ਦਾ ਭਾਂਡਾ ਜ਼ਰੂਰ ਹੁੰਦਾ, ਕਰਵਾ ਕੁੱਜੇ ਨੂੰ ਕਹਿੰਦੇ ਨੇ। ਚੌਥ ਕੱਤਿਆ ਦੀ ਪੁੰਨਿਆ ਮੱਸਿਆ ਤੋਂ ਜਦੋਂ 4 ਦਿਨ ਪਿੱਛੇ ਲੰਘਦੇ ਨੇ, ਬੀਬੀਆਂ ਇੱਕ ਵਰਤ ਰੱਖਦੀਆਂ ਨੇ ਕਿ ਇਹਦੇ ਨਾਲ ਪਤੀ ਦੀ ਉਮਰ ਲੰਬੀ ਹੁੰਦੀ ਹੈ। ਪਰ ਹਿੰਦੁਸਤਾਨ ਵਿੱਚ ਵਰਤ ਕਿਉਂ ਰੱਖਿਆ ਜਾਂਦਾ? ਹੁਣ ਇਹ ਵਿੱਦਿਆ ਪਿਛੋਕੜ ਫੋਲੇਗੀ। ਹਿੰਦੁਸਤਾਨ ਵਿੱਚ ਸਤੀ ਦੀ ਰਸਮ ਪ੍ਰਚਲਿਤ ਰਹੀ ਹੈ ਕਿ ਪਤੀ ਦੇ ਸਵਰਗਵਾਸ ਹੋਣ ਤੋਂ ਬਾਅਦ ਪਤਨੀ ਨੂੰ ਅੱਗ ਵਿੱਚ ਸਾੜਿਆ ਜਾਂਦਾ ਸੀ, ਸਤੀ ਕੀਤਾ ਜਾਂਦਾ ਸੀ। ਪਰ ਹਿੰਦੁਸਤਾਨ ਤੋਂ ਬਾਹਰ ਕਿਸੇ ਦੇਸ਼ ਦੇ ਵਿੱਚ ਸਤੀ ਦੀ ਰਸਮ ਨਹੀਂ ਸੀ, ਉਹਨਾਂ ਨੂੰ ਕਰਵੇ ਚੌਥ ਦੀ ਲੋੜ ਵੀ ਨਹੀਂ ਪਈ। ਇਸ ਧਰਤੀ ਦੇ ਲੋਕਾਂ ਨੂੰ ਕਿਉਂ ਲੋੜ ਪਈ? ਉਹਨਾਂ ਨੇ ਕਿਸੇ ਸਿਆਣੇ ਨੂੰ ਪੁੱਛਿਆ ਕਿ ਮੇਰੇ ਪਤੀ ਦੀ ਉਮਰ ਕਿਵੇਂ ਲੰਬੀ ਹੋ ਸਕਦੀ ਆ? ਉਹਨੂੰ ਮੇਰੇ ਵਰਗੇ ਨੂੰ ਉੱਤਰ ਤਾਂ ਬਹੁਤਾ ਚੰਗਾ ਆਇਆ ਨਾ, ਉਹਨੇ ਅਟਕਲ ਪੱਚੂ ਲਾ ਤਾ ਕਿ ਤੁਸੀਂ ਵਰਤ ਰੱਖਿਆ ਕਰੋ। ਬੇਟੇ, ਕਿਸੇ ਦੇ ਵਰਤ ਰੱਖਣ ਦੇ ਨਾਲ ਕਿਸੇ ਦੂਸਰੇ ਦੀ ਉਮਰ ਕਦੀ ਵੀ ਲੰਬੀ ਨਹੀਂ ਹੋ ਸਕਦੀ। ਹਾਂ, ਇਹਦੇ ਪਿੱਛੇ ਸਿੱਖਿਆ ਦਾ ਇੱਕ ਕਾਰਨ ਕੋਈ ਉਸ ਸਮੇਂ ਹੋਏਗਾ ਕਿ 100 ਦੇ ਵਿੱਚੋਂ 80 ਬੰਦੇ ਵੈਸੇ ਹੀ ਬਚ ਰਹੇ, ਲੋਕਾਂ ਵਿੱਚ ਇਹ ਵਰਤ ਪ੍ਰਚਲਿਤ ਹੋ ਗਿਆ। ਪਰ ਬੇਸਿਕਲੀ ਆਯੁਰਵੈਦ ਗ੍ਰੰਥ ਕਹਿੰਦੇ ਨੇ ਕਿ ਹਰ ਹਫ਼ਤੇ 1 ਦਿਨ ਪੇਟ ਨੂੰ ਖਾਲੀ ਰੱਖ ਲਓ, ਚੰਗੀ ਗੱਲ ਹੈ ਸਰੀਰ ਦੀ ਤੰਦਰੁਸਤੀ ਵਾਸਤੇ। ਪਰ 12 ਮਹੀਨਿਆਂ ਬਾਅਦ 1 ਦਿਨ ਵਰਤ ਰੱਖ ਕੇ ਐਵੇਂ ਦੇਸੀ ਜਿਹਾ ਪੰਜਾਬੀ 'ਚ ਕਹਿ ਲੈਂਦੇ ਪਖੰਡ ਕਰਕੇ ਬਹਿ ਜਾਓ, ਇਹਦਾ ਕੋਈ ਫਾਇਦਾ ਨਹੀਂ ਆ। ਇਸ ਲਈ ਵਰਤ ਰੱਖਣਾ ਹਫ਼ਤੇ 'ਚ 1 ਦਿਨ ਰੱਖ ਲੈਣਾ ਚਾਹੀਦਾ, ਕਿਉਂਕਿ ਅਸੀਂ ਭਾਰਤੀ ਲੋਕ ਅੰਨ ਹੀ ਖਾਈ ਜਾਂਦੇ ਹਾਂ। ਸਵੇਰੇ ਵੀ ਰੋਟੀਆਂ, ਦੁਪਹਿਰੇ ਵੀ ਰੋਟੀਆਂ, ਰਾਤੀ ਵੀ ਰੋਟੀਆਂ, ਬਿਮਾਰ ਨੂੰ ਵੀ ਰੋਟੀਆਂ, ਤੰਦਰੁਸਤ ਨੂੰ ਵੀ ਰੋਟੀਆਂ, ਰੋਟੀਆਂ ਹੀ ਰੋਟੀਆਂ। ਆਟੇ ਨਾਲ ਭੜੋਲੇ ਭਰੇ ਨੇ, ਫਿਰ ਬਿਮਾਰ ਜ਼ਿਆਦਾ ਹੁੰਦੇ ਨੇ, ਕਿਉਂਕਿ ਇਸ ਧਰਤੀ 'ਤੇ ਸਾਡਾ ਕਲਚਰ ਹੈ, ਸੱਭਿਆਚਾਰ ਹੈ। ਸੱਭਿਆਚਾਰ ਦੇ ਨਾਲ ਮਨੁੱਖ ਦੀ ਮਾਨਸਿਕਤਾ ਡਿਵੈਲਪ ਹੁੰਦੀ ਹੈ। ਸਾਡੇ ਸ਼ਮਸ਼ਾਨ ਘਾਟ ਡਰਾਉਣੇ ਨੇ, ਅਸੀਂ ਭੂਤਾਂ ਪ੍ਰੇਤਾਂ ਦੀ ਕਲਪਨਾ ਕਰਦੇ ਹਾਂ। ਜਿਹੜੇ ਵੀਰ ਵਿਦੇਸ਼ਾਂ 'ਚੋਂ ਆਏ ਨੇ ਅਤੇ ਜਾਂ ਜਿਨ੍ਹਾਂ ਨੇ ਜਾਣਾ, ਉੱਥੇ ਸ਼ਮਸ਼ਾਨ ਘਾਟ ਤੋਂ ਡਰ ਨਹੀਂ ਆਉਂਦਾ, ਕਿਉਂਕਿ ਇਲੈਕਟ੍ਰੋਨਿਕ ਸਿਸਟਮ ਹੈ, ਸਾਫ਼ ਸੁਥਰੀ ਜਗ੍ਹਾ ਹੈਗੀ ਆ। ਮੁਰਦਾ ਗਿਆ 2 ਮਿੰਟਾਂ ਵਿੱਚ ਖਤਮ ਹੋ ਗਿਆ, ਸਿਆਪਾ ਉੱਥੇ ਕਿਸੇ ਨੂੰ ਆਉਂਦਾ ਨਹੀਂ, ਜਿਵੇਂ ਸਾਡੀਆਂ ਬੀਬੀਆਂ ਧਾਹਾਂ ਮਾਰ ਕੇ ਪਿੱਟ ਲੈਂਦੀਆਂ, ਇਹੋ ਜਿਹੇ ਵੈਣ ਕੋਈ ਪਾਉਂਦਾ ਨਹੀਂ। ਅਸੀਂ 90 ਸਾਲ ਦੇ ਬਾਪੂ ਨੂੰ ਵੀ ਇੰਨਾ ਪਿੱਟ ਲੈਂਦੇ ਹਾਂ, ਪਿਛਲਿਆਂ ਸਾਰਿਆਂ ਦਾ ਦਿਲ ਡਰਿਆ ਹੁੰਦਾ ਹੁਣ ਮਰੇ ਕਿ ਮਰੇ, ਹੁਣ ਮਰੇ ਕਿ ਮਰੇ, ਕਿਉਂਕਿ ਸਾਡਾ ਕਲਚਰ ਹੈ। ਇਹ ਸਾਡੀ ਜਿਹੜੀ ਕਲਪਨਾ, ਇਹ ਸਾਡੇ ਡਰਾਉਣੇ ਸਥਾਨਾਂ ਤੋਂ ਪੈਦਾ ਹੋਈ ਹੈ। ਨਜ਼ਰ ਪੱਛਮ ਵਿੱਚ ਨਹੀਂ ਕਿਸੇ ਨੂੰ ਲੱਗਦੀ, ਕਿਉਂਕਿ ਸਾਰੇ ਇੱਕੋ ਜਿਹੇ ਨੇ। ਇੰਗਲੈਂਡ ਵਿੱਚ ਸਾਰਿਆਂ ਦੇ ਬੱਚੇ ਗੋਰੇ ਨੇ, ਟਿੱਕਾ ਕਿਹਦਾ ਕਿਹਨੂੰ ਲਾਈਏ?
ਚੀਨ ਦੇ ਵਿੱਚ ਸਾਰਿਆਂ ਦੇ ਬੱਚੇ ਫੀਨੇ ਨੇ, ਕਿਹਦੀ ਕਿਹਨੂੰ ਨਜ਼ਰ ਲੱਗਣੀ ਆ? ਉਹ ਜਿਹੜੇ ਕਾਲਿਆਂ ਦੇ ਮੁਲਕ ਨੇ ਉਹ ਸਾਰੇ ਇੱਕੋ ਜਿਹੇ ਨੇ, ਉੱਥੇ ਨਜ਼ਰ ਕਿਹਦੀ ਕਿਹਨੂੰ ਲੱਗੇ? ਅਸੀਂ ਬਹੁ ਪੰਥੀ ਕਲਚਰ ਦੇ ਲੋਕ ਹਾਂ, ਸਾਡੇ ਜੀਨਸ ਲਹਿਦਾ ਲਹਿਦਾ ਨੇ। ਇੱਥੇ ਕਿਸੇ ਦਾ ਬੱਚਾ ਗੋਰਾ, ਕਿਸੇ ਦਾ ਕਾਲਾ, ਕਿਸੇ ਦੀ ਮੱਝ ਕਿਲੋ ਦੁੱਧ ਦਿੰਦੀ ਆ, ਕਿਸੇ ਦੀ ਮੱਝ 10 ਕਿਲੋ ਦਿੰਦੀ ਆ। 10 ਕਿਲੋ ਵਾਲਾ ਕਹਿੰਦਾ ਕਿਲੋ ਵਾਲੀ ਦੀ ਨਜ਼ਰ ਮੇਰੀ ਬਾਲਟੀ ਨੂੰ ਲੱਗ ਜਾਣੀ ਆ। ਗੋਰੇ ਬੱਚੇ ਵਾਲਾ ਕਹਿੰਦਾ ਦੂਜਿਆਂ ਦੀ ਨਜ਼ਰ ਲੱਗ ਜਾਏਗੀ। ਘਰ ਇੱਕੋ ਜਿਹੇ ਨਹੀਂ ਹੈਗੇ, ਉੱਥੇ ਲੱਕੜ ਦੀਆਂ ਬਿਲਡਿੰਗਾਂ ਨੇ, ਬਾਹਰੋਂ ਇੱਕੋ ਜਿਹੀਆਂ ਨੇ, ਅੰਦਰੋਂ ਸ਼ਿੰਗਾਰ ਵੱਖੋ ਵੱਖਰਾ ਹੋ ਸਕਦਾ। ਉੱਥੇ ਕਿਸੇ ਘਰ 'ਤੇ ਕਾਲਾ ਕੁੱਜਾ ਨਹੀਂ ਲਟਕਦਾ। ਹਿੰਦੁਸਤਾਨ ਵਿੱਚ ਇਸ ਲਈ ਲਟਕਦਾ, ਇੱਕ ਕੋਠੀ 3 ਮੰਜ਼ਲੀ ਆ, ਇੱਕ ਕੋਲੇ ਝੁੱਗੀ ਆ, ਕੋਠੀ ਵਾਲਾ ਸਮਝਦਾ ਝੁੱਗੀ ਵਾਲੇ ਦੀ ਨਜ਼ਰ ਲੱਗ ਜਾਏਗੀ, ਉਹ ਕਾਲਾ ਟਾਇਰ ਟੰਗੀ ਬੈਠਾ। ਇਹ ਸਾਡੇ ਸੱਭਿਆਚਾਰ ਦੀ ਦੇਣ ਆ। ਜੋ ਵਿਸ਼ਵ 'ਚ ਵੱਸਦੇ ਨੇ ਕਿ ਉਹ ਮਰ ਕੇ ਭੂਤ ਨਹੀਂ ਬਣਦੇ, ਉਹਨਾਂ ਕੋਲ ਕੋਈ ਡੇਰਾ ਨਹੀਂ ਆ ਜਿੱਥੇ ਸਿਰ ਘੁੰਮਾਉਂਦੇ ਹੋਣ, ਉਹਨਾਂ ਕੋਲ ਕੋਈ ਰੋਡੇ ਸ਼ਾਹ ਦੀ ਕਬਰ ਨਹੀਂ ਜਿੱਥੇ ਸ਼ਰਾਬ ਚੜ੍ਹਦੀ ਹੋਵੇ, ਉਹਨਾਂ ਦੀਆਂ ਮੱਝਾਂ ਵੀ ਕੱਟੀਆਂ ਜਾਂਦੀਆਂ ਨੇ, ਸ਼ੇਖ ਫਤਿਹ ਉੱਥੇ ਕੋਈ ਨਹੀਂ ਹੈਗਾ, ਮੱਝਾਂ ਗਾਵਾਂ ਫਿਰ ਵੀ ਕੱਟੀਆਂ ਵੱਛੀਆਂ ਦੇਈ ਜਾਂਦੀਆਂ ਨੇ। ਕਾਰਨ ਇਹ ਹੈ, ਸਾਡੀ ਸੱਭਿਆਚਾਰਕ ਪ੍ਰਭਾਵ ਹੈ। ਅਸੀਂ ਛੋਟੇ ਬੱਚੇ ਨੂੰ ਕਿਵੇਂ ਡਰਾਉਂਦੇ ਹਾਂ? ਬੱਚਿਆਂ ਬੇਟੇ ਧਿਆਨ ਨਾਲ ਇਸ ਲਈ ਸੁਣਿਓ, ਤੁਹਾਨੂੰ ਵੀ ਮਾਂ ਪਿਓ ਡਰਾਉਂਦੇ ਰਹੇ, ਸਾਨੂੰ ਵੀ ਡਰਾਉਂਦੇ ਰਹੇ ਆ। ਚਾਹ ਪੀ ਲਾ, ਦੁੱਧ ਪੀ ਲਾ, ਕੋਕੋ ਆ ਜਾਓ, ਮਾਓ ਆ ਜਾਓ। 4 ਸਾਲ ਤੱਕ ਐਵੇਂ ਅੱਖਾਂ ਮੀਟ ਛੱਡਣੀਆਂ ਵੀ ਕੋਕੋ ਮਾਓ ਨੇ ਪਤਾ ਨਹੀਂ ਕੀ ਕਰ ਦੇਣਾ। ਜਦੋਂ ਅਕਲ ਆਈ ਫਿਰ ਪਤਾ ਲੱਗਾ ਮਾਓ ਤਾਂ ਬਿੱਲੀ ਨੂੰ ਕਹਿੰਦੇ ਨੇ ਅਤੇ ਕੋਕੋ ਗਾਲੜ ਨੂੰ ਕਹਿੰਦੇ ਨੇ। ਫਿਰ ਰੋੜੇ ਮਾਰ ਮਾਰ ਕੇ ਖੇਡਦੇ ਰਹੇ, ਫਿਰ ਹਾਸਾ ਵੀ ਆਉਂਦਾ ਰਿਹਾ ਵੀ 4 ਸਾਲ ਐਵੇਂ ਡਰੇ ਗਏ ਨਲੇਕੋ, ਕੋਕੋ ਮਾਓ ਤਾਂ ਕਹਿੰਦੀ ਕੁਛ ਨਹੀਂ ਹੈ। ਇਹ ਮਨੁੱਖ ਦਾ ਹਾਲ ਹੈ। ਗੁਰੂ ਸਾਹਿਬਾਂ ਨੇ ਬਾਣੀ ਵਿੱਚ ਜੇ ਜੰਤਰਾਂ ਮੰਤਰਾਂ ਤੰਤਰਾਂ ਦਾ ਕਰਮ ਕਾਂਡਾਂ ਦਾ ਖੰਡਨ ਕੀਤਾ, ਮਨੁੱਖ ਦੀ ਸਾਈਕੀ ਨੂੰ ਮਾਨਸਿਕਤਾ ਨੂੰ ਬਦਲਿਆ ਕਿ ਤੇਰਾ ਗਿਆਨ ਅੱਗੇ ਛੋਟਾ ਸੀ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਜਦੋਂ ਗੁਰੂ ਦਾ ਗਿਆਨ ਲੱਟ ਲੱਟ ਕਰਕੇ ਬਲਦਾ ਉਦੋਂ ਰਤਨ ਪਦਾਰਥ ਲੱਭਦਾ। ਜਦ ਤੱਕ ਮਨੁੱਖ ਦੀ ਸੂਝ ਛੋਟੀ ਹੁੰਦੀ ਹੈ, ਤੁਸੀਂ ਪਹਿਲੀ ਜਮਾਤ ਪੜ੍ਹ ਕੇ ਹਟ ਜਾਂਦੀਆਂ ਅਤੇ ਤੁਹਾਨੂੰ ਇੰਨਾ ਕਹਾਉਣਾ ਸੀ ਊੜਾ ਊਠ ਅਤੇ ਏ ਫਾਰ ਐਪਲ, ਅਤੇ ਤੁਸੀਂ ਕਿਹਾ ਕਰਨਾ ਸੀ ਵੇਖ ਲਈ ਪੜ੍ਹਾਈ ਪੰਜਾਬ ਦੀ, ਊਠ ਅਤੇ ਐਪਲ ਹੀ ਪੜ੍ਹਾਈ ਜਾਂਦੇ, ਹੋਰ ਉਹਨਾਂ ਨੂੰ ਕੁਛ ਨਹੀਂ ਆਉਂਦਾ। ਤੁਸੀਂ ਅੱਗੇ ਪੜ੍ਹਨਾ ਸ਼ੁਰੂ ਕੀਤਾ ਅਤੇ ਤੁਸੀਂ BA MA ਤੱਕ ਜਾਂਦੀਆਂ ਨੂੰ ਤੁਹਾਨੂੰ ਸਾਹਿਤ ਬਾਰੇ